ਉਹਨਾਂ ਕੋਲੇ ਆ ਇੱਕ ਮਹਿੰਗਾ ਟਰੈਕਟਰ ਹੁੰਦਾ ਉਹ ਦਿਮਾਗ ਚੋਂ ਨਿਕਲਿਆ ਖੜਾ ਯਾਰ ਮੇਰੇ ਆਪਣੇ ਲੰਬਦਾਰਾਂ ਕੋਲੇ ਨਾ 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 ਰਾਟ ਗਿਆ ਨਹੀਂ ਹੁੰਦਾ ਜਿਹੜਾ ਤੇਲ ਜੌਂਡੀਅਰ ਵਰਗਾ ਜੌਂਡੀਅਰ ਦਾ ਵਿੱਚ ਉਹ ਹੋ ਨਕਸ ਹੈ ਦਾ ਆਹਾ ਵੀ ਸਟੈਪ ਆ ਜਾਂ ਖੁੱਲਾ ਸਾਰਾ ਖੁੱਲਾ ਤਾਂ ਠੀਕ ਹੈ ਠੀਕ ਹੈ ਤੇ ਅੱਗੇ ਜਦੋਂ ਇੱਥੋਂ ਆਏ ਜੇ ਸੀਗੇ ਤੁਸੀਂ ਵੇਖਿਆ ਆਏ ਕਿ ਕਿਵੇਂ ਲੱਗੇ ਇਧਰੋਂ ਇਧਰੋਂ ਦੇਖ ਲੈਨੇ ਬਸ ਹਾਂਜੀ ਇਧਰੋਂ ਮੈਸੀ ਦਾ ਰੂਪ ਜੀ ਹੈ ਜੀ ਮੈਸੀ ਹੀ ਲੱਗਦਾ ਇਧਰੋਂ ਟਰੈਕਟਰ ਠੀਕ ਹੈ ਠੀਕ ਹੈ ਤੁਹਾਨੂੰ ਵੱਧ ਪਤਾ ਹੋਊਗਾ ਹਾਂਜੀ हाँ जी भी दोस्तों मैं बलजिंदर सिंह स्वागत करदा तुहाडा अज दी इस वीडियो दे विच सो तुहानू अज ने एक ट्रैक्टर दिखाउणा जगाड़ू ट्रैक्टर है मुंडिया ने घर ही तैयार किया ना कोई इन्हां कोले वर्कशॉप आ भी सारे टूल्स होण है ना सारे मतलब तैयार किया इन्होंने घर आपकी मेहनत ना खुद तैयार किया उसनू अगे वीडियो दसांगे तो इस टाइम मैं हैगा जिला बरनाला पिंड भैणी जस्सा सो बाई अपने नाल गगन होणगे ते बाकी इन्हां तो जानकारी लैनी आ बाई जी पहलां तो तुहाडा बहुत बहुत स्वागत है इस वीडियो दे विच मनिंदर कुमार ਇਹ ਟਰੈਕਟਰ ਦਾ ਫਿਰ ਤੂੰ ਕੀ ਕੁਝ ਕਰਿਆ ਇਹਦਾ ਜਿੰਨਾ ਬੈਲਡ ਕੀਤਾ ਜੀ ਸਾਰਾ ਕੁਝ ਬਈ ਮੈਂ ਕੀਤਾ ਜੜੈਣ ਮੇਰੇ ਵੱਡੇ ਭਾਈ ਨੇ ਕੀਤਾ ਠੀਕ ਹੈ ਅੱਛਾ ਬਾਈ ਦੀ ਇਹਦੀ ਉਮਰ ਕਿੰਨੀ ਉਮਰ ਸੀ ਦੱਸੀ ਤੂੰ ਮੇਰੀ 17 ਸਾਲ ਉਮਰ ਹੈ ਜੀ 17 ਸਾਲ ਉਮਰ ਹੈ ਬਾਈ ਤੂੰ ਵੇਖੋ ਹਨਾ ਤੇ ਬਾਕੀ ਤੇਰਾ ਨਾਮ ਬਾਈ ਮੇਰਾ ਨਾਮ ਭਿੰਦਰ ਹੈ ਜੀ ਤੇ ਅੱਛਾ ਤੂੰ ਬਾਈ ਇਹਦੇ ਵਿੱਚ ਮੈਂ ਕਟਿੰਗ ਕਰੀ ਹੈ ਜੀ ਇਹਦੀ ਕਟਿੰਗ ਤੇ ਹੈ ਜੀ ਇਹ ਕਟਿੰਗ ਡਿਜ਼ਾਈਨ ਕੀਤੇ ਹਨ ਜਿਵੇਂ ਡਿਜ਼ਾਈਨ ਮੈਂ ਕਰਦਾ ਰਿਹਾ ਮੰਨ ਲਓ ਜਿਹੜੀ ਕਟਿੰਗ ਕਰਨੀਆਂ ਨੇ ਵੀਰੇ ਵੀ ਕੋਈ ਵੀ ਸੀਟ ਦੀ ਕਟਿੰਗ ਕਰਨੀ ਆ ਕੋਈ ਐਂਗਲ ਦੀ ਕਰਨੀ ਆ ਕੋਈ ਪੱਤੀ ਕਰਨੀ ਤਾਂ ਕਟਿੰਗ ਇਹਨੇ ਕਰਨੀ ਆ ਠੀਕ ਹੈ ਜਿਹੜਾ ਬੈਲਡਿੰਗ ਤੋਂ ਬਾਅਦ ਰਗੜਾਈ ਆ ਉਹ ਇਸ ਮੁੰਡੇ ਨੇ ਕਰਨੀ ਆ ਸਾਰੀ ਠੀਕ ਹੈ ਆ ਸੁਣ ਕੀ ਨਾਮ ਬਈ ਤੇਰਾ ਮੇਰਾ ਨਾਮ ਰਵੀ ਆ ਰਵੀ ਕਿੰਨੀ ਉਮਰ ਆ ਤੇਰੀ ਮੇਰੀ 15 ਸਾਲ ਆ 15 ਸਾਲ ਤੇ ਤੇਰੀ ਵੀਰੇ ਮੇਰੀ 18 ਸਾਲ ਆ ਜੀ 18 ਸਾਲ ਤੇ ਇੱਕ ਵੀਰ ਆਪਣਾ ਪਿੱਛੇ ਵੀ ਰਹਿ ਗਿਆ ਕੀ ਨਾਮ ਬਈ ਤੇਰਾ ਮੇਰਾ ਜਸਨ ਵੀਰ ਠੀਕ ਆ ਤੇ ਤੇਰਾ ਬਈ ਕੀ ਯੋਗਦਾਨ ਆ ਫਿਰ ਇਹਦੇ ਮੈਂ ਤਾਂ ਵੀਰੇ ਯੋਗਦਾਨ ਤਾਂ ਕੋਈ ਨਹੀਂ ਮੈਂ ਤਾਂ ਦੇਖਦਾ ਰਿਹਾ ਇਹਨਾਂ ਨੂੰ ਅੱਛਾ ਦੇਖਦੇ ਹੀ ਰਹੇ ਮੈਂ ਦੇਖਦੇ ਹੀ ਰਿਹਾ ਠੀਕ ਆ ਮੈਂ ਘੱਟ ਇੰਟਰਸਟ ਲੈਣਾ ਠੀਕ ਆ ਵੀਰੇ ਠੀਕ ਆ ਸੋ ਬਾਈਆਂ ਨੇ ਇਹ ਭਰਾ ਹੀ ਆ ਸਾਰੇ ਚਾਚੇ ਦੇ ਮੁੰਡੇ ਚਾਚੇ ਤਾਂ ਇਹਦੇ ਮੁੰਡੇ ਆ ਤੇ ਇੱਕ ਆ ਬਾਈਆਂ ਦਾ ਹਨਾ ਰਲ ਕੇ ਤਿਆਰ ਕੀਤਾ ਇਹਨਾਂ ਨੇ ਟਰੈਕਟਰ ਬਹੁਤ ਵੱਡੀ ਗੱਲ ਆ ਤੇ ਹੁਣ ਆਪਾਂ ਜਾਣਕਾਰੀ ਲੈਣੀ ਆ ਇਸ ਟਰੈਕਟਰ ਦੀ ਹਨਾ ਕੀ ਕੁਛ ਇਹਦੇ ਵਿੱਚ ਫਿੱਟ ਕੀਤਾ ਸਾਰੀ ਜਾਣਕਾਰੀ ਆਪਾਂ ਬਾਈ ਗਗਨ ਤੋਂ ਲੈਣੇ ਆ ਅੱਛਾ ਵੀਰ ਇਹ ਤਾਂ ਤੁਸੀਂ ਟਰੈਕਟਰ ਮੰਨ ਲਗੇ ਚਲੋ ਸਾਰਾ ਹੀ ਹਨਾ ਟਾਇਰ ਟੂਰ ਗੁੱਡੀਆਂ ਲਾ ਕੇ ਉਵੇਂ ਟਰੈਕਟਰ ਤਿਆਰ ਹੀ ਕਰਤਾ ਹਨਾ ਹਾਂਜੀ ਹਾਂਜੀ ਵੈਸੇ ਆਈਡੀਆ ਕਿਵੇਂ ਆਇਆ ਤੁਹਾਨੂੰ ਇਹ ਤਿਆਰ ਕਰਨ ਦਾ ਬਸ ਵੀਰੇ ਸ਼ੌਂਕ ਸੀ ਸ਼ੌਂਕ ਸੀ ਹੈ ਠੀਕ ਹੈ ਠੀਕ ਹੈ ਸਮਾਂ ਛੋਟੇ ਟਰੈਕਟਰਾਂ ਨਾਲ ਖੇਡਦੇ ਹਨਾ ਜੀ 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 ਨਿੱਕੇ ਹੁੰਦੇ ਨੇ ਕਿ ਲੱਕੜ ਦੇ ਹੁੰਦੇ ਲੱਕੜ ਦੇ ਤੇ ਤਕਰੀਬਨ ਪਰਮਾਤਮਾ ਦੀ ਕਿਰਪਾ ਨਾਲ ਵੱਡੇ ਟਰੈਕਟਰ ਵੀ ਹੈਗੇ ਨੇ ਜੀ ਜੀ ਤੇ ਖੇਤ ਬੰਨੇ ਕੱਖਾਂ ਕੁੱਖਾਂ ਵਾਸਤੇ ਤੁਹਾਨੂੰ ਪਤਾ ਵੱਡੇ ਟਰੈਕਟਰਾਂ ਦਾ ਫਿਰ ਥੋੜੀ ਕਸਾਈ ਲਾ ਲਓ ਟਾਇਰਾਂ ਦੀ ਜੀ ਜੀ ਹੋਰ ਲਾ ਲਓ ਹਨਾ ਜੀ ਤਾਂ ਫਿਰ ਆਈਡੀਆ ਆ ਕਿਉਂ ਨਾ ਵੀ ਛੋਟਾ ਹੀ ਤਿਆਰ ਕਰ ਲਈਏ ਤਿਆਰ ਕਰਕੇ ਵੀ ਆਪਾਂ ਉਸ ਹਿਸਾਬ ਨਾਲ ਜਿਵੇਂ ਆਪਣੀ ਏਜ ਹੋ ਜਾਂਦੀ ਉਸ ਹਿਸਾਬ ਨਾਲ ਆਪਾਂ ਵੀ ਚੇਂਜ ਕਰ ਲਈਏ ਵੱਡੇ ਟਾਇਰਾਂ ਵਗੈਰਾ ਦਾ ਖਰਚਾ ਮਹਿੰਗਾ ਹੀ ਨਹੀਂ ਬਿਲਕੁਲ ਜੀ ਕੰਮ ਤਾਂ ਆਪਾਂ ਕੱਖਾਂ ਦਾ ਹੀ ਲੈਣਾ ਹੁੰਦਾ ਸੀ ਕੱਖਾਂ ਦਾ ਹੀ ਲੈਣਾ ਹੁੰਦਾ ਵੀ ਬਿਲਕੁਲ ਤਾਂ ਕਰਕੇ ਵੀਰੇ ਅੱਛਾ ਤੁਸੀਂ ਇਹ ਕੋਈ ਕੋਰਸ ਵਗੈਰਾ ਕੀਤਾ ਹੋਇਆ ਮਕੈਨੀਕਲ ਦਾ ਜਾਂ ਵੈਸੇ ਨਹੀਂ ਮਕੈਨੀਕਲ ਦਾ ਕੁਛ ਨਹੀਂ ਵੀਰੇ ਮੇਰੀ ਬਸ ਇਲੈਕਟ੍ਰੀਸ਼ਨ ਦੀ ITI ਹੈ ਤਕਰੀਬਨ ਤੇ ਬਾਕੀ ਹੋਰ ਕੁਛ ਨਹੀਂ ਵੀ ਜਿਵੇਂ ਮਕੈਨੀਕਲ ਦਾ ਵਿੱਚ ਨਹੀਂ ਆਪਾਂ ਕੁਛ ਕੀਤਾ ਹੋਇਆ ਠੀਕ ਹੈ ਬਈ ਠੀਕ ITI ਵਗੈਰਾ ਆਪਣੀ ਕੀਤੀ ਹੋਈ ਹੈ ਇੱਕ ਨਾ ਬਾਈ ਦੱਸ ਰਹੇ ਸੀਗੇ ਮੈਨੂੰ ਵੀ ਨਾ ਤਾਂ ਕੋਈ ਇਹਨਾਂ ਕੋਲੇ ਮਤਲਬ ਵੀ ਫਰਮੇ ਨਾ ਕੱਟਣ ਵਾਲਾ ਕੋਈ ਟੂਲ ਸੀ ਕੱਲੇ ਕਟਰ ਨਾ ਕੱਟ ਕੱਟ ਕੇ ਹਨਾ ਵੈਲਡਿੰਗ ਕਰ ਕਰਕੇ ਇਹਨਾਂ ਨੇ ਬਹੁਤ ਮਿਹਨਤ ਕਰਕੇ ਬਣਾਇਆ ਆਪਾਂ ਵੇਖੀਏ ਵੀ ਇੱਕ ਟਰੈਕਟਰ ਬਣਾ ਦੇਣਾ ਬਹੁਤ ਵੱਡੀ ਗੱਲ ਹੁੰਦੀ ਆ ਬਾਈ ਨੇ ਜਿਹੜੀ ਕਰ ਦਿਖਾਈ ਆ ਅੱਛਾ ਬਾਈ ਇਹਦੇ ਵਿੱਚ ਆਪਾਂ ਇੰਜਨ ਕਿਹੜੇ ਚੀਜ਼ ਦਾ ਰੱਖਿਆ ਹੋਇਆ ਇੰਜਨ ਵੀਰੇ ਕਿਸ਼ਤੀ ਦੇ ਵੀ ਲੱਗਦੇ ਵੈਸੇ ਜਿਪ 'ਚ ਵੀ ਲੱਗਦਾ ਗਾ ਅੱਛਾ ਜਿਹੜਾ ਅਸੀਂ ਇਹ ਲੈ ਕੇ ਆਏ ਸੀ ਨਾ ਇਹ ਵੀ ਅਸੀਂ ਪਟਿਆਲੇ ਤੋਂ ਲੈ ਕੇ ਆਏ ਸੀ ਪਟਿਆਲੇ ਤੋਂ ਲੈ ਕੇ ਆਏ ਸੀਗੇ ਠੀਕ ਹੈ ਉਦੋਂ ਉਹ ਬੋਟ ਦੇ ਵਿੱਚ ਲੱਗਿਆ ਹੋਇਆ ਸੀ ਇਹ ਬੋਟ ਵਾਲਾ ਇੰਜਨ ਹੈ ਹਾਂਜੀ ਹਾਂਜੀ ਤਕਰੀਬਨ ਉਸ ਤੋਂ ਬਾਅਦ ਦੇਖਣ ਤੋਂ ਪਤਾ ਲੱਗਿਆ ਜਿਵੇਂ ਉਦੋਂ ਨੌਲੇਜ ਨਹੀਂ ਸੀ ਜ਼ਿਆਦਾ ਵੀਰੇ ਕਾਫੀ ਸਾਲ ਹੋ ਗਏ ਨੇ ਇੰਜਨ ਨੂੰ ਲਏ ਨੂੰ 4-5 ਸਾਲ ਹੋ ਗਏ ਜੀ ਫਿਰ ਕਿਉਂ ਥੋੜ੍ਹਾ ਜਿਹਾ ਆਈਡੀਆ ਸੀਗਾ ਹੌਲੀ ਹੌਲੀ ਵੀ ਚਲੋ ਬਣਾਵਾਂਗੇ ਬਾਕੀ ਜਦੋਂ ਹੁਣ ਪਤਾ ਲੱਗਣ ਲੱਗੇ ਵੀ ਇਹ ਚੀਜ਼ਾਂ ਇਹਦਾ ਨਾ ਜਿਹੜਾ ਸਮਾਨ ਮਿਲਦਾ ਵੀ ਉਸ ਕੰਪਨੀ ਦਾ ਕਹਿ ਕੇ ਮਿਲਦਾ ਗਾ ਜੀ ਜਿਵੇਂ ਹੁਣ ਆਪਾਂ ਵੇਖੀਏ ਬੋਰਡ ਦੇ ਵਿੱਚ ਤਾਂ ਇੰਜਨ ਕੁਝ ਹੋਰ ਟਾਈਪ ਦਾ ਲੱਗਿਆ ਹੁੰਦਾ ਹੈ ਹਾਂਜੀ ਹਾਂਜੀ ਇਹਦੇ ਵਿੱਚ ਫਿਰ ਤੁਹਾਨੂੰ ਇੰਜਨ ਦੇ ਵਿੱਚ ਕੁਝ ਚੇਂਜਸ ਕਰਨੇ ਪੈਣੇ ਹੋਣਾ ਥੋੜੀ ਜਿਹੀ ਵੀਰੇ ਨਾ ਮਗਲੈਲ ਵਗੈਰਾ ਨਹੀਂ ਚੱਕਦਾ ਅੱਛਾ ਵੀ ਨੀਚੇ ਤੋਂ ਜੀ ਫਿਰ ਉਹ
मिस्त्री तो किसी तो आप करवाया जी क्योंकि आपन इस बारे नॉलेज नहीं सी। अच्छा जी ठीक है। पूछा एक दो बंदे वो कहने भी ये टेढ़ा चलता होंगे जी। जी उस हिसाब ना टेढ़ा चलता है ये पैमा चलता होंगे जी। ठीक है ठीक है। फिर हमने सेट करके अच्छा एक रेडिएटर भी लाया ये फिर ये रेडिएटर मेरे मारुति कार दा जी। ठीक है मारुति कार दा लाया होया आम तो जिम्मे बोर्ड दा विचों पानी लैंदे ओ तो विचों ही लैंदा सी ते इहदे वास्ते मतलब सर्कल चालू रखण लग तो ला देता। हां जी हां जी ठीक है। ਤੇ ਅੱਗੇ ਇਹਦੇ ਫਰੰਟ ਜਿਵੇਂ ਹਿੱਸਾ ਆ ਗਿਆ ਇਹਦਾ ਇਹ ਹਿੱਸਾ ਵੀਰੇ ਆਪਾਂ ਘਰ 'ਚ ਤਿਆਰ ਕੀਤਾ ਬਸ ਇਕੱਲਾ ਬੈਂਡ ਜਿਵੇਂ ਪ੍ਰੈਸ ਨਹੀਂ ਆਪਣੇ ਕੋਲ ਬਿਲਕੁਲ ਉਹ ਆਪਾਂ ਧਨੌਲੇ ਦੋਸਤ ਆਪਣਾ ਮਿੱਤਰੀ ਜੀ ਉਹਨਾਂ ਨੇ ਬੈਂਡ ਪਾ ਤੋਂ ਬੈਂਡ ਪਵਾ ਕੇ ਦਿੰਦਾ ਜੀ। ਅਤੇ ਇਹਦੇ ਫਿਰ ਟਾਇਰ ਵਗੈਰਾ ਜਿਹੜੇ ਫਰੰਟ ਵਾਲੇ ਟਾਇਰ ਵਗੈਰਾ ਵੀਰੇ ਵੀ ਕਾਰਾਂ ਦੇ ਕਾਰ ਵਾਲੇ ਟਾਇਰ ਆ ਜੀ ਹੱਬਾਂ ਵਗੈਰਾ ਫਿਰ ਇੱਕ 85-14 ਦੇ ਟਾਇਰ ਆ ਵੀਰੇ ਇਹ ਹੱਬਾਂ ਵਗੈਰਾ ਆਪ ਹੀ ਤਿਆਰ ਕੀਤੀਆਂ ਨੇ ਤਿਆਰ ਕੀਤੀਆਂ ਇਹ 'ਚ ਨਾ ਵੀਰੇ ਆਪਣੇ ਬੈਰਿੰਗ ਨਹੀਂ ਹੈਗੇ ਜੀ ਵੀ ਬੁਸ਼ਤੇ ਤਿਆਰ ਕੀਤਾ ਬੁਸ਼ਤੇ ਤਿਆਰ ਕੀਤਾ ਹੋਇਆ ਜਿਹੜੇ ਸਪੈਡਲ ਵਗੈਰਾ ਬਣਾਏ ਨੇ। ਠੀਕ ਹੈ ਜੀ ਠੀਕ ਹੈ ਕਾਰ ਦਾ ਸਿਸਟਮ ਯੂਜ਼ ਕੀਤਾ ਵੀਰੇ। ਸਟੀਅਰਿੰਗ ਫਿਰ ਇਹਦਾ ਸਟੀਅਰਿੰਗ ਵੀ ਕਾਰ ਦਾ ਵੀਰੇ ਕਾਰ ਦਾ ਰੱਖਿਆ ਹੋਇਆ ਇਹ ਇੰਡੀਕਾ ਦਾ। ਠੀਕ ਹੈ ਹੁਣ ਇਹਦਾ ਇੰਜਨ ਦੇ ਨਾਲ ਫਿਰ ਤੁਸੀਂ ਇਹ ਗੇਅਰ ਵੀ ਲਾਇਆ ਹੋਇਆ ਗੇਅਰ ਸੁਪਰੋ ਮੈਕਸੀ ਦਾ ਵੀਰੇ ਮਹਿੰਦਰਾ ਦਾ ਸੁਪਰੋ ਮੈਕਸੀ ਮਹਿੰਦਰਾ ਉਹਦਾ। ਠੀਕ ਹੈ ਠੀਕ ਹੈ। ਗੇਅਰ ਸਾਰਾ ਪਿਛਲਾ ਹਿੱਸਾ ਸਾਰਾ ਉਹਦਾ ਹੀ ਆ। ਹਾਂ ਪਿਛਲਾ ਹਿੱਸਾ ਉਹਦਾ ਵੀਰੇ। ਠੀਕ ਹੈ ਸਾਰਾ ਆ ਤੁਹਾਡਾ ਇੱਕ ਮੇਨ ਆਪਾਂ ਦੇਖੀਏ ਬੜਾ ਖੁੱਲਾ ਤਿਆਰ ਕਰਤਾ ਹਨਾ ਪਲੇਟਫਾਰਮ ਚੌੜਾ ਵੀ ਕਰਤਾ ਟਰੈਕਟਰ। ਹਾਂ ਇਹਦੇ ਬਾਰੇ ਵੀ ਦੱਸੋ ਬਾਕੀ ਵੀਰੇ ਚੌੜਾ ਤਾਂ ਇਸ ਤਰ੍ਹਾਂ ਵੀ ਥੋੜ੍ਹਾ ਨਾ ਚੌੜਾਈ ਨਾਲ ਇੱਕ ਤਾਂ ਮੰਨ ਲਓ ਜਿਵੇਂ ਮੋੜ ਵਗੈਰਾ ਅਤੇ ਹਲਕਾ ਇਹਦੇ 'ਚ ਵਜ਼ਨ ਜ਼ਿਆਦਾ ਨਹੀਂ ਵੀ ਸਪੀਡ ਨਾਲ ਮੋੜਿਆ ਜਾਵੇ ਤਾਂ ਟਾਇਰ ਵਗੈਰਾ ਨਾ ਚੱਕੇ ਸਾਈਡ ਤੋਂ ਜੀ ਤਾਂ 15-15 ਕਿਲੋ ਦੇ ਅੰਦਰ ਵੇਟ ਵੀ ਲਾਏ ਨੇ ਆਪਾਂ। ਅੱਛਾ ਅੰਦਰਲੀ ਸਾਈਡ ਵੇਟ ਲਾਤੇ ਆ ਵੀ 15-17 ਕੇ ਜੀ ਇੱਕ ਵੇਟ ਦਾ ਉਹ ਆ ਜੀ ਵੇਟ ਆ ਜੀ 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 ਅਤੇ ਵੀ ਤਾਂ ਜੋ ਵੀ ਕਈ ਵਾਰ ਸਪੀਡ 'ਚ ਮੋੜਿਆ ਜਾਂਦਾ ਬਿਲਕੁਲ ਵੀ ਹਲ ਬੱਚੇ ਨੇ ਜਿਵੇਂ ਹੁਣ ਇਹ ਕੰਮ ਮੰਨ ਲਓ ਕੁਛ ਵੀ ਖੇਡਦੇ ਲਾਓ ਵੀ ਕਈ ਕੁਛ ਵੀ ਨਹੀਂ ਪਤਾ ਲੱਗਦਾ ਨਹੀਂ ਪਤਾ ਮਾਰ ਦਿੰਦਾ ਤਾਂ ਕੱਟ ਮਾਰ ਦਿੰਦਾ ਤਾਂ ਵੀ ਉੱਠੇ ਨਾ ਟਾਇਰ ਪਲਟਨ ਤੋਂ ਤਾਂ 15-15 ਦੇ ਵੇਟ ਲਾਇਆ ਤਾਂ ਪਲੇਟਫਾਰਮ ਬਸ ਥੋੜਾ ਵੀ ਐਂ ਵੀ ਸੋਹਣਾ ਲੱਗਣ ਲੱਗ ਗਿਆ ਸੋਹਣਾ ਲੱਗਣ ਲੱਗਿਆ ਖੁੱਲਾ ਬਣ ਗਿਆ ਖੁੱਲਾ ਬਣ ਗਿਆ ਜੀ ਮਤਲਬ ਕਿ ਬੈਠਣ 'ਚ ਕੋਈ ਦਿੱਕਤ ਨਹੀਂ ਜੀ ਜੀ ਫਿਰ ਪਲੇਟਫਾਰਮ ਦੇ ਨਾਲ ਹੀ ਜੀ ਜੀ ਆਪਾਂ ਵੀ ਇਹਦੇ ਤਕਰੀਬਨ ਮਰਗਾਟ ਵਗੈਰਾ ਤਿਆਰ ਕੀਤੇ ਵੀਰੇ ਜੀ ਬਿਲਕੁਲ ਅੱਗੇ ਤੁਸੀਂ ਆ ਗਿਆ ਪਿਛਲਾ ਹਿੱਸਾ ਆ ਗਿਆ ਹੈ ਨਾ। ਹਾਂਜੀ ਵੀਰੇ ਹਾਂਜੀ ਹਾਂਜੀ ਇਹਦੇ ਬਾਰੇ ਜਾਣਕਾਰੀ ਦਿਓ ਇਹ ਵੀਰੇ ਇਹ ਵੀ ਸੁਪਰੋ ਮੈਕਸੀ ਗੱਡੀ ਦਾ ਹੀ ਆ ਵੀਰੇ ਸੁਪਰੋ ਮੈਕਸੀ ਗੱਡੀ ਸੁਪਰੋ ਮੈਕਸੀ ਦਾ ਹੀ ਆ ਵੀਰੇ। ਠੀਕ ਹੈ ਅਤੇ ਇਹ ਵੇਟ ਨੇ ਵੀਰੇ ਜਿਹੜੇ ਲਾਏ ਹੋਏ ਨੇ ਅੱਛਾ ਅੰਦਰਲੀ ਸਾਈਡ ਅੰਦਰਲੀ ਸਾਈਡ ਅੱਛਾ ਇਹਦੇ ਟਾਇਰ ਦੇ ਵਿੱਚ ਹੀ ਫਿਕਸ ਹੋ ਗਏ ਟਾਇਰ 'ਚ ਫਿਕਸ ਹੋ ਗਏ। ਠੀਕ ਹੈ ਠੀਕ ਹੈ ਇਹ ਹੱਬਾਂ ਮੰਨ ਲਓ ਜਿਵੇਂ ਟਾਇਰ 4x4 ਟਰੈਕਟਰਾਂ ਦੇ ਹੋਣਗੇ ਵੀਰੇ ਕਿੰਨੇ ਬਾਈ ਕਿੰਨੇ ਕਿੰਨੇ ਦੇ 9-5-20 ਦੇ ਟਾਇਰ ਅੱਛਾ 9-5-20 ਦੇ ਟਾਇਰ ਠੀਕ ਹੈ ਠੀਕ ਹੈ। ਆ ਪਿੱਛੇ ਹੁੱਕ ਵਗੈਰਾ ਦਿੱਤੀ ਜੇ ਪੱਟੇ ਵਗੈਰਾ ਲੈ ਕੇ ਜਿਵੇਂ ਇਹ ਤਾਂ ਵੀਰੇ ਸਵਰਾਜ ਦੀ 735 ਦੀ ਲਾਈ। ਠੀਕ ਹੈ ਵੀ ਇੱਥੇ ਹਾਂਜੀ ਅਜੇ ਇਹਦੇ ਵੀਰੇ ਲੈਂਕਾਂ ਅਤੇ PTO ਦਾ ਕੰਮ ਆਪਣਾ ਚੱਲ ਰਿਹਾ ਹੈਗਾ ਅਜੇ ਮਤਲਬ ਇਹ ਚੱਲ ਰਿਹਾ ਇਹਦਾ ਕੰਮ ਅੱਗੇ ਤੁਸੀਂ ਇਹ ਕਰਨਾ ਅੱਗੇ ਹਾਂਜੀ ਕਰਨਾ। ਠੀਕ ਆ ਸੀਟ ਵਗੈਰਾ ਫਿਰ ਤੁਸੀਂ ਇਹ ਸੀਟ ਵਗੈਰਾ ਵੀਰੇ ਸੋਨਾ ਲਿਕਾ ਦੀ ਲੱਗੀ ਹੋਈ। ਠੀਕ ਹੈ ਵੀਰੇ ਠੀਕ ਹੈ। ਅਤੇ ਇਹਦੇ ਵਿੱਚ ਜੇ ਆਪਾਂ ਇਹਦੀ ਇੰਜਨ ਦੀ ਗੱਲ ਕਰੀਏ ਹੁਣ ਇਹ ਕਿੰਨੇ HP ਦਾ ਟਰੈਕਟਰ ਬਣ ਗਿਆ ਇਹ ਵੀਰੇ 11.5-12 HP ਦੇ ਵਿੱਚ ਕ੍ਰੀਏਟ ਕਰਦਾ ਜੀ। ਅੱਛਾ ਜੀ 12 HP ਦਾ ਆਪਾਂ ਮੰਨ 90 ਦਾ ਪਿਸਟਨ ਪੈਂਦਾ ਵੀਰੇ ਜੀ। ਠੀਕ ਹੈ ਜੀ ਠੀਕ ਹੈ ਹੁਣ ਮਤਲਬ ਤੁਸੀਂ ਚਲਾ ਕੇ ਵੇਹਨੇ ਪੂਰਾ ਵਧੀਆ। ਹਾਂ ਵੀਰੇ ਕੋਈ ਦਿੱਕਤ ਨਹੀਂ ਹੈਗੀ ਅਸੀਂ ਕੱਖ ਪੱਠੇ ਵਾਸਤੇ ਪਹਿਲਾਂ ਦੇ ਨਾ। ਠੀਕ ਹੈ ਜੀ ਮੰਨ ਲਓ ਵੀ ਆਪਾਂ ਟ੍ਰਾਇਲ ਲਿਆ ਗਾ ਵੀ ਜਿਵੇਂ ਕੋਈ ਘਾਟਾ ਨੇ ਕਿਸੇ ਚੀਜ਼ ਦੀਆਂ ਉਹ ਆਪਾਂ ਕੱਢਣੀਆਂ ਨੇ ਇਹਦੇ ਵਿੱਚੋਂ। ਠੀਕ ਹੈ ਆ ਇੱਕ ਗੇਅਰ ਆ ਗਿਆ ਹੈ ਨਾ ਤੁਸੀਂ ਇੱਧਰਲੀ ਸਾਈਡ ਗੇਅਰ ਲਾਇਆ ਸਾਈਡ ਕੀਤਾ ਜੀ ਇਹ ਗੇਅਰ ਬਾਰੇ ਵੀ ਜਾਣਕਾਰੀ ਦਿਓ। ਗੇਅਰ ਵੀਰੇ ਨਾ ਵੀ ਸਪੀਡ ਜ਼ਿਆਦਾ ਸੀ ਪਹਿਲਾਂ ਜੀ ਇਹ ਵੀ ਸੁਪਰੋ ਮੈਕਸੀ ਦਾ ਹੀ ਗੇਅਰ ਆ ਵੀਰੇ ਸੁਪਰੋ ਮੈਕਸੀ ਸਾਰਾ ਮਤਲਬ ਪਿਛਲਾ ਗੇਅਰ ਸਾਰਾ ਗੇਅਰ ਸਾਰਾ ਇਹ 5 ਗੇਅਰ ਸੀ ਵੀਰੇ ਫਿਰ ਇਹਨੂੰ ਘਟਾ ਕੇ 4 ਕਰਤੇ ਜੀ ਫਿਲਹਾਲ ਹੁਣ 1 ਗੇਅਰ ਹੋਰ ਕੱਢਣਾ ਹੈਗਾ ਆਪਾਂ ਕਿਉਂ ਕਿਉਂਕਿ ਸਪੀਡ ਜ਼ਿਆਦਾ ਵੀਰੇ 45 ਤੋਂ ਉੱਪਰ ਜਾ ਕੇ ਲੈ ਕੇ ਤੀਸਰਾ ਗੇਅਰ ਲੈਂਦਾ ਜੀ। ਅੱਛਾ ਮਤਲਬ ਜ਼ਿਆਦਾ ਚੱਕਰ ਹੋਣ ਚੱਕਰ ਸਪੀਡ ਜ਼ਿਆਦਾ ਫਿਰ ਸਪੀਡ ਜ਼ਿਆਦਾ ਭਲਦਾ ਵੀ ਉਹ ਤਾਂ ਗੇਅਰ ਆਪਾਂ ਦੇ ਨਹੀਂ ਸਕਦੇ। ਹਾਂਜੀ ਗੇਅਰ ਦੇ ਨਹੀਂ ਸਕਦੇ ਬਿਲਕੁਲ ਜੀ ਬਿਲਕੁਲ ਅਤੇ ਕਿਉਂਕਿ 3 ਗੇਅਰ ਰਹਿ ਜਾਣਗੇ ਜੀ ਆਪਾਂ ਨੂੰ 3 ਗੇਅਰ ਬਹੁਤ ਨੇ ਜੀ। ਬਿਲਕੁਲ ਜੀ। ਅੱਛਾ ਗੇਅਰ ਦਾ ਫਿਰ ਇਹ ਤਾਰ ਵਾਲਾ ਸਿਸਟਮ ਹੈ ਜਿਵੇਂ ਤਾਰ ਵਾਲਾ ਸਿਸਟਮ ਹੈ ਜਿਵੇਂ ਕਾਰਾਂ ਦੇ ਹੁੰਦਾ ਜੀ ਆ ਦੇਖ ਸਕਦੇ ਹੋ ਤੁਸੀਂ ਇੱਥੇ ਹੀ ਸਾਈਡ ਤੇ ਦਿੱਤਾ ਹੋਇਆ ਗੇਅਰ। ਹਾਂਜੀ ਵੀਰੇ ਹਾਂਜੀ ਜੀ ਤੇ ਇਹਦੀ ਸਟਾਰਟਿੰਗ ਫਿਰ ਇਹ 12 ਵੋਲਟ ਬੈਟਰੀ ਤੇ 12 ਵੋਲਟ ਬੈਟਰੀ ਤੇ ਵੀਰੇ ਠੀਕ ਹੈ ਇਹਦੇ 80 kAh ਦੀ ਬੈਟਰੀ ਲੱਗਦੀ ਆ ਵੈਸੇ ਆਪਾਂ ਟਰੈਕਟਰ ਵਾਲੀ ਘਰ ਪਈ ਟਰੈਕਟਰ ਵਾਲੀ ਉਸੇ ਟਰੈਕਟਰ ਤੋਂ ਲਾ ਕੇ ਉਹਨੂੰ ਲਾ ਬਿਲਕੁਲ ਜੀ ਬਿਲਕੁਲ ਸੋ ਇਹਦਾ ਇੱਧਰ ਮਤਲਬ ਆ ਗਈ ਸੈਲਫ ਵਗੈਰਾ ਅਲਟਰਨੇਟਿਵ ਹੋ ਗਿਆ ਜੀ ਜੀ ਬ੍ਰੇਕ ਸਿਸਟਮ ਇਹਦਾ ਬ੍ਰੇਕ ਬੂਸਟਰ ਨੇ ਵੀਰੇ ਜਿਵੇਂ ਆਪਣੇ ਕਾਰਾਂ ਦੇ ਹੁੰਦੇ ਕਾਰਾਂ ਵਾਲਾ ਸਿਸਟਮ ਲਾਇਆ ਆ ਥੱਲੇ ਸਾਈਡ ਨੂੰ ਲੱਗਦਾ ਇੱਥੇ ਲੱਗਿਆ ਹੋਇਆ ਤੇ ਬਾਕੀ ਕੁਛ ਪੈਪਾਂ ਵਗੈਰਾ ਇਹਦੇ ਲਾਉਣ ਵਾਲੀਆਂ ਰਹਿੰਦੀਆਂ ਨੇ ਵੀਰੇ ਬਾਕੀ ਇਹਦੀ ਸ਼ੋ ਵੀ ਤੁਸੀਂ ਹਜੇ ਤਿਆਰ ਕਰ ਰਹੇ ਹੋ ਸ਼ੋ ਡਿਜ਼ਾਈਨ ਹੋ ਰਹੀ ਹੈ ਵੀਰੇ ਅੱਛਾ ਪਰ ਹਜੇ ਹੁਣ ਥੋੜ੍ਹਾ ਜਿਹਾ ਸੀਜ਼ਨ ਤੋਂ ਬਾਅਦ ਹੀ ਲਾਵਾਂਗੇ ਠੀਕ ਹੈ ਕਪੈਨ ਵਗੈਰਾ ਖੋਲਣੀ ਹੈਗੀ ਠੀਕ ਹੈ ਵੀਰੇ ਠੀਕ ਤਾਂ ਹੁਣ ਉਹਦਾ ਕੰਮ ਜ਼ਰੂਰੀ ਆ ਗਿਆ ਵੀਰੇ ਹੁਣ ਇਸ ਤੋਂ ਬਾਅਦ ਕਰਾਂਗੇ ਜੀ ਇਹਦੀ ਟੈਂਕੀ ਫਿਰ ਡੀਜ਼ਲ ਟੈਂਕੀ ਹੈ ਤਾਂ ਡੀਜ਼ਲ ਹੀ ਡੀਜ਼ਲ ਆ ਜੀ ਡੀਜ਼ਲ ਇਹਦੀ ਟੈਂਕੀ ਫਿਰ ਕਿੰਨੇ ਟੈਂਕੀ ਵੀਰੇ 17 ਕੁ ਲੀਟਰ ਦਾ ਤੇਲ ਇਸ 'ਚ ਪਾ ਕੇ ਦੇਖਿਆ ਤਕਰੀਬਨ 20 ਕੁ ਲੀਟਰ ਤੇਲ ਪੈ ਜੂਗਾ ਠੀਕ ਹੈ ਵੀਰੇ ਅਤੇ ਤਕਰੀਬਨ ਇਹਨੂੰ ਵੇਖੀਏ ਤੁਸੀਂ ਤਿਆਰ ਕਰਨ ਦੇ ਤੁਹਾਨੂੰ ਕਿੰਨਾ
ਇਕੱਠਾ ਸਮਾਨ ਇੱਕ ਲੱਖ ਤੋਂ ਅਸੀਂ ਲੈ ਕੇ ਨਹੀਂ ਆਏ, ਜਿਵੇਂ ਜਿਵੇਂ ਸਾਨੂੰ ਚੀਜ਼ਾਂ ਮਿਲੀ ਗਈਆਂ ਜੀ ਕਿਸੇ ਵੀ ਜਗ੍ਹਾ ਤੋਂ ਉਹ ਲੈ ਕੇ ਆਏ। ਇੱਕ ਸਟੀਅਰਿੰਗ ਤੁਸੀਂ ਲਾਇਆ ਹੋਇਆ, ਕਿਸ ਚੀਜ਼ ਦਾ ਲਾਇਆ? ਇਹ ਜੈਨ ਦਾ ਲਾਇਆ ਹੋਇਆ। ਜੈਨ ਕਾਰ ਦਾ? ਜੈਨ ਕਾਰ, ਠੀਕ ਆ। ਇਹ ਫਿਰ ਵਰਕਿੰਗ ਇੱਥੋਂ ਤੁਸੀਂ ਸਾਰਾ ਦਿੱਤਾ ਹੋਇਆ ਜਿੱਦਾਂ? ਵਰਕਿੰਗ ਵੀਰੇ ਸਾਰਾ ਕਰੂਗਾ ਤਕਰੀਬਨ, ਮਤਲਬ ਕਿ ਇਹ ਨਾ ਸਿਸਟਮ ਲਾਉਣਾ ਇਹਦੇ 'ਚ ਜੀ, ਮੇਰੇ ਕੋਲ ਵੀ ਇਲੈਕਟ੍ਰੀਕਲ ਥੋੜ੍ਹਾ ਸਿਸਟਮ ਬਣਾਇਆ ਹੋਇਆ ਜੀ ਜੀ, ਵੀ ਜਿੰਨਾ ਚਿਕਰ ਨੂੰ ਅਨਲੋਕ ਨਹੀਂ ਕਰੋਗੇ ਸਟਾਰਟ ਨਹੀਂ ਹੋਊਗਾ ਜੀ। ਚਾਬੀ 'ਤੇ ਕਰ? ਚਾਬੀ 'ਤੇ ਸਟਾਰਟ, ਠੀਕ ਹੈ। ਬਾਕੀ ਤੁਸੀਂ ਚਾਬੀ ਤਾਂ ਉਸ ਡਿਜ਼ਾਈਨ ਕੀਤੀ ਹੋਈ? ਚਾਬੀ ਡਿਜ਼ਾਈਨ ਹੋ ਗਿਆ ਕਾਰਾਂ ਵਾਲੀ। ਅੱਛਾ, ਸਟੀਅਰਿੰਗ ਵੀ ਫਿਰ ਤੁਸੀਂ ਇਹਨੂੰ ਇੱਥੋਂ ਲੈ ਕੇ ਗਏ ਹੋ? ਵੈਸੇ ਪਾਵਰ ਕਰਾਂਗੇ, ਹਜੇ ਟੈਂਪਰੇਲੀ ਚਲਾਇਆ ਜੀ। ਟੈਂਪਰੇਲੀ, ਇਹ ਮਤਲਬ ਤੁਹਾਡਾ ਪਹਿਲਾ ਡੈਮੋ ਟਰੈਕ? ਡੈਮੋ ਹੀ ਕਰ ਰਹੇ ਹਾਂ ਚੈੱਕ ਜੀ, ਬਈ ਜਿਵੇਂ ਕਈ ਵਾਰ ਕੋਈ ਘਾਟਾਂ ਹੁੰਦੀਆਂ ਨੇ ਵੀਰੇ ਇਹਦੇ ਵਿੱਚ, ਵੀ ਉਹ ਆਪਾਂ ਕੱਢਾਂਗੇ। ਬਿਲਕੁਲ ਬਿਲਕੁਲ, ਕਿਉਂਕਿ ਹੁਣ ਨਵਾਂ ਸਿਸਟਮ, ਬਾਕੀ ਜਿਵੇਂ ਹੁਣ ਆਪਣੇ ਕੋਲ ਟੂਲਸ ਜ਼ਿਆਦਾ ਨਹੀਂ ਹੈਗੇ, ਵੀ ਕੋਈ ਪ੍ਰੈਸ ਮਸ਼ੀਨ ਨਹੀਂ ਹੈਗੀ ਜਾਂ ਕੁਛ ਵੀ, ਆਪਾਂ ਤਾਂ ਮੰਨ ਲਓ ਹਜੇ ਜਗਾੜ ਕਰਕੇ ਵੀ ਜੇ ਕੋਈ ਘਾਟ ਆ ਤਾਂ ਉਸ ਤਰ੍ਹਾਂ ਕੱਢਾਂਗੇ ਵੀਰੇ, ਥੋੜ੍ਹਾ ਸਮਾਨ ਵੀ ਖਰਾਬ ਹੋ ਜਾਂਦਾ ਹੁਣ। ਬਿਲਕੁਲ। ਬਾਕੀ ਇੱਧਰ ਆਪਦੇ ਫਿਲਟਰ ਵਗੈਰਾ ਆ ਗਿਆ? ਹਾਂਜੀ ਹਾਂਜੀ, ਫਿਲਟਰ ਆ ਗਏ ਜੀ, ਫਿਲਟਰ ਸਾਰੇ। ਇੰਜਨ ਦਾ ਫਿਰ ਕੋਈ ਹੋਰ ਤਾਂ ਨਹੀਂ ਕੁਛ ਕਰਨਾ ਪੈਂਦਾ? ਨੋਰਮਲ ਇੰਜਨ ਹੁੰਦਾ? ਨੋਰਮਲ ਇੰਜਨ ਹੁੰਦਾ ਵੀਰੇ ਇਹਦੇ 'ਚ, ਠੀਕ ਹੈ ਵੀਰੇ ਜੀ। ਤਾਂ ਬਾਕੀ ਇਹਦੇ 'ਚ ਕੋਈ ਜ਼ਿਆਦਾ ਵੱਡਾ ਪ੍ਰੋਸੀਜਰ ਨਹੀਂ ਹੈਗਾ ਵੀਰੇ, ਕੁਛ ਸਾਰਾ ਨੋਰਮਲ ਆਪਣੇ ਜਿਵੇਂ ਪੀਟਰ ਇੰਜਨ ਹੁੰਦੇ ਨੇ ਉਸ ਤਰ੍ਹਾਂ ਦਾ ਹੀ ਉਹ ਹੈਗਾ। ਬਿਲਕੁਲ। ਐਵਰੇਜ ਵਗੈਰਾ ਵੀ ਠੀਕ ਹੈ? ਐਵਰੇਜ ਤਾਂ ਕਿੰਨੀ ਕੱਢੀ ਹੋ? ਕਿੰਨੀ? 25+ ਐਵਰੇਜ। 25+ ਐਵਰੇਜ ਦੇ ਦਿੰਦਾ, ਠੀਕ ਹੈ ਜੀ। ਅਸੀਂ 1 ਲੀਟਰ ਦੀ ਬੋਤਲ ਨਾਲ ਚੈੱਕ ਕੀਤਾ, ਚੈੱਕ ਕਰਿਆ ਸੀਗਾ ਐਵਰੇਜ ਕਿੰਨੀ ਸੀ? ਐਵਰੇਜ ਦੀ ਤਕਰੀਬਨ ਇਸ ਹਿਸਾਬ ਨਾਲ ਵੀ ਬਹੁਤ ਐਵਰੇਜ ਆ, ਕਿਉਂਕਿ ਸਾਡਾ ਇੱਥੇ ਥੋੜ੍ਹੀ ਦੂਰ ਆ, ਥੋੜ੍ਹੀ ਦੂਰ। ਜ਼ਿਮੀਂਦਾਰ ਨੇ ਜੇ ਪੱਠੇ ਵਗੈਰਾ ਲੈ ਕੇ ਆਉਣੇ ਉਹਦੇ ਵਾਸਤੇ ਵਧੀਆ ਚੀਜ਼ ਬਣੀ। ਮੇਨ ਵੀਰੇ ਪੱਠਿਆਂ ਵਾਸਤੇ ਤੇ ਅਸੀਂ ਮੰਨ ਲਓ ਸਪਰੇ ਵਾਲੇ ਢੋਲੇ ਵਾਸਤੇ ਤਿਆਰ ਕੀਤਾ ਗਾ ਜੀ, ਇਹਦੇ ਪਿੱਛੇ ਸਪਰੇ ਵਾਲਾ ਢੋਲਾ। ਸਪਰੇ ਵਾਲਾ ਢੋਲਾ ਫਿਰ ਤੁਸੀਂ ਜਦੋਂ ਕਹਿ ਰਹੇ PTO ਵਗੈਰਾ ਚਲਾਉਂਗੇ? ਉਸ ਤੋਂ ਬਾਅਦ ਹੀ ਹੋਊਗਾ ਜੀ, ਠੀਕ ਹੈ ਜੀ। ਸੋ ਇਹਦਾ ਸਲੈਂਸਰ ਵਗੈਰਾ ਫਿਰ ਇਹ ਕਿਸ ਚੀਜ਼ ਦਾ ਲਾ ਦਿੱਤਾ? ਇਹ ਸਲੈਂਸਰ ਵੀਰੇ ਮਿਲਿਆ ਤਾਂ ਕਬਾੜ 'ਚੋਂ ਹੀ ਆ। ਹਾਂਜੀ, ਹੁਣ ਇਹ ਟੈਂਪੂ ਟੂੰਪੂਆਂ ਦਾ ਹੀ ਹੋਊਗਾ, ਹੁਣ ਜ਼ਿਆਦਾ ਤਾਂ ਪਤਾ ਨਹੀਂ। ਕਬਾੜ 'ਚ ਲਿਆ ਕੇ ਜਿਹੜਾ ਵੀ ਚੀਜ਼ ਮਿਲੀ ਆ ਲਾਤੀ ਆ ਵੀ ਕੰਮ ਦੀ। ਬਿਲਕੁਲ। ਜਦੋਂ ਮੇਨ ਹੁਣ ਥੋੜ੍ਹਾ ਜਿਹਾ ਜਦੋਂ ਪਿੱਛੇ ਲੈਂਕਾਂ ਲੂੰਕਾਂ ਲੱਗੀਆਂ ਉਹ ਥੋੜ੍ਹਾ ਜ਼ਿਆਦਾ ਵੀ ਹਜੇ ਕੰਮ ਚੱਲ ਰਿਹਾ ਬਾਈਆਂ ਦਾ, ਅਤੇ ਪਹਿਲਾਂ ਡੈਮੋ ਤਿਆਰ ਕੀਤਾ ਬਾਈਆਂ ਨੇ ਟਰੈਕਟਰ ਇਹ, ਅਤੇ ਮਰਗਾਟ ਵਗੈਰਾ ਵੀ ਇਸ ਮੁੰਡੇ ਨੇ ਤਿਆਰ ਕੀਤੇ ਨੇ। ਆਹ ਮੁੰਡੇ ਨੇ ਤਿਆਰ ਕੀਤਾ, ਦੇਖੋ ਵੀ ਕਿੰਨੀ ਕੁ 18 ਸਾਲ ਦੀ ਉਮਰ ਆ। ਡਿਜ਼ਾਇਨ ਹੈ ਨਾ ਬਾਈ ਨੇ ਦਿੱਤਾ, ਵੈਲਡਿੰਗ ਸਾਰੀ ਇਹਨੇ ਤਿਆਰ ਕਰਕੇ, ਕੱਟ ਕੁੱਟ ਵੀ ਇਹਨੇ ਕੀਤੇ ਬਾਈ ਨੇ। ਹਾਂ, ਕਟਿੰਗ ਉਸ ਮੁੰਡੇ ਦੀ ਕੀਤੀ ਹੋਈ ਆ ਵੀ, ਜਿਹੜੇ ਬੈਂਡ ਵਗੈਰਾ ਪਾਏ ਨੇ ਉਹ ਵੀ ਬੈਠਾ ਤੁਹਾਨੂੰ ਮੁੰਡਾ ਦੱਸਿਆ ਜੀ ਉਹਨਾਂ ਨੇ। ਬਾਕੀ ਡਿਜ਼ਾਇਨ ਮੇਰੀ ਆ, ਖੁੱਲਦੇ ਜਿਵੇਂ ਸਾਰੇ ਟਰੈਕਟਰ ਵਾਂਗੂ ਵੀ ਆ, ਇਸ ਤਰ੍ਹਾਂ ਨਹੀਂ ਵੀ ਪਲੇਟਫਾਰਮ ਆਪਾਂ ਫਿਕਸ ਕਰਤਾ, ਫਿਕਸ ਕਰਤਾ ਵੀ ਜਿਵੇਂ ਆਪਾਂ ਕੱਲੀ ਚਾਸੀ ਅਲੱਗ ਕਰਨੀ ਆ ਨਾ। ਬਿਲਕੁਲ। ਜਾਂ ਨੀਚਲਾ ਹਿੱਸਾ ਅਲੱਗ ਕਰਨਾ ਟਰੈਕਟਰ ਵਾਂਗੂ, ਖੁੱਲਦਾ ਕੀਤਾ ਵੀ ਆਪਾਂ ਬਿਲਡ ਲਾ ਕੇ ਪੱਕਾ ਹੀ ਕਰਤਾ। ਹਾਂਜੀ ਹਾਂਜੀ, ਨਟਾਂ ਦੇ ਕੀਤੇ A to Z ਵੀਰੇ, ਖੁੱਲਦੀ ਕੀਤੀ ਹੈਗੀ ਵੀ ਆਪਾਂ ਨੂੰ ਕੱਲ ਨੂੰ ਕੋਈ ਪਾਰਟ ਚੇਂਜ ਕਰਨਾ ਪਿਆ ਜੇ ਆਪਾਂ ਕਰ ਸਕਦੇ ਵੀ, ਉਸ ਤਰ੍ਹਾਂ ਨਹੀਂ ਹੈਗਾ ਵੀ। ਦੋਸਤੋ ਯਾਰ ਦੇਖੋ, ਇੱਕ ਤਾਂ ਏਕੇ ਦੀ ਗੱਲ ਆ ਹੈ ਨਾ, ਇੱਕ ਤਾਏ ਚਾਚਿਆਂ ਦੇ ਮੁੰਡਿਆਂ ਨੇ ਰਲ ਕੇ ਕੰਮ ਕੀਤਾ ਗਾ ਸਾਰਾ, ਅੱਡੋ ਅੱਡ ਵੀ ਐਂ ਨਹੀਂ ਗਾ ਕੰਮ ਤੋਂ ਭੱਜੇ, ਜਿਹਨੂੰ ਕੰਮ ਕੇ ਦਿੱਤਾ ਹੋਇਆ ਉਹ ਆਪਦਾ ਕੰਮ। ਹਾਂਜੀ, ਆਪਣੀ ਡਿਊਟੀ 'ਤੇ ਵੀਰੇ ਰਹੇ ਨੇ, ਰਹੇ ਆ। ਮੈਂ ਸ਼ਾਮ ਨੂੰ 5 ਵਜੇ ਤੋਂ ਬਾਅਦ ਅਸੀਂ ਤਿਆਰ ਕਰਨ ਲੱਗੇ, ਰਾਤ ਨੂੰ ਨੇਰਾ ਵੀ ਹੋ ਜਾਂਦਾ, 1:30 ਵਜੇ ਵੱਜ ਜਾਂਦੇ, ਲਾਈਟ ਵੀ ਚਲੀ ਜਾਂਦੀ ਗਰਮੀਆਂ ਦੇ ਵਿੱਚ ਔਖੇ ਹੋਇਆ ਪਹਿਲਾਂ ਜੀ, ਪਰ ਫਿਰ ਵੀ ਚਲੋ ਇੱਥੇ ਤਿਆਰ ਕਰਤਾ ਤੁਸੀਂ, ਵੱਡੀ ਗੱਲ ਹੈ। ਅੱਛਾ, ਜੇ ਕਿਸੇ ਨੇ ਤਿਆਰ ਕਰਵਾਉਣਾ ਤਾਂ ਟਰੈਕਟਰ ਕਰ ਦਾਂਗੇ, ਕਰ ਦੇਗਾ ਤਿਆਰ? ਠੀਕ ਆ, ਬਾਕੀ ਮੈਂ ਨੰਬਰ ਚਲਾ ਦੂੰਗਾ ਸਕਰੀਨ 'ਤੇ, ਡਿਸਕ੍ਰਿਪਸ਼ਨ 'ਚ ਵੀ ਨੰਬਰ ਦੇ ਦੂੰਗਾ ਤੁਹਾਨੂੰ, ਅਤੇ ਬਾਈਆਂ ਨਾਲ ਕੰਟੈਕਟ ਕਰ ਲਿਓ, ਅਤੇ ਜੇ ਕਿਸੇ ਨੇ ਦੇਖਣਾ ਵੀ ਹੈ ਟਰੈਕਟਰ ਅਤੇ ਜ਼ਿਲ੍ਹਾ ਬਰਨਾਲਾ ਪਿੰਡ ਭੈਣੀ ਜੱਸਾ। ਜਿਹੜੀ ਕੰਪਨੀ ਚੀਜ਼ ਕਾਢਦੀ ਉਹਦੇ 2 ਬੰਦੇ ਬਹਿੰਦੇ ਨੇ, ਠੀਕ ਹੈ, 2-4 ਬੰਦੇ ਹੀ ਬਹਿ ਸਕਦੇ ਨੇ, ਦਿੱਕਤ ਆਉਂਦੀ ਇੱਥੇ ਬੰਦਾ ਬਹਿ ਸਕਦਾ, ਮੈਂ ਨਿਸ਼ਾ ਲਾਵਾਂਗਾ। ਹਾਂਜੀ, ਉਹ ਰੇਰੂ ਵੀ ਲੈ ਕੇ ਜਾਣੀ ਹੈ ਨਾ? ਹਾਂਜੀ ਹਾਂਜੀ ਹਾਂਜੀ, ਇਹਦਾ ਨਾ 2 ਗੱਟੇ, ਗੱਟਾ ਇੱਧਰ, ਗੱਟਾ ਉੱਧਰ, 2 ਗੱਟੇ ਮਰਗਾਟਾਂ ਦੇ, ਮਰਗਾਟਾਂ ਦੇ ਹੈ ਪੂਰਾ ਵੀ। ਨਿੱਕੇ ਮੋਟੇ ਕੰਮ ਕਰਨੇ ਆ, ਵੱਡੇ ਟਰੈਕਟਰ ਖਿੱਚਣੇ ਪੈਂਦੇ ਹਨਾ, ਬਟ ਕੰਮ ਵੱਡੇ ਨੂੰ ਵੱਧ ਕਰਦਾ। ਕਿਹਦਾ ਟਰੈਕਟਰ, ਕਿਹੜੇ ਟਰੈਕਟਰ ਵਰਗਾ ਲੱਗਦਾ ਇੱਥੋਂ ਜੇ? ਇਹਦੇ ਬਾਰੇ ਤਾਂ ਨਹੀਂ, ਜਿਹੜਾ ਉਹਨਾਂ ਕੋਲ ਆ ਇੱਕ ਮਹਿੰਗਾ ਟਰੈਕਟਰ ਆਉਂਦਾ, ਉਹ ਦਿਮਾਗ 'ਚੋਂ ਨਿਕਲਿਆ ਖੜਾ ਯਾਰ ਮੇਰੇ, ਆਪਣੇ ਲੰਬਦਾਰਾਂ ਕੋਲ ਜਿਹੜਾ, ਨਾ 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 ਰਾਟ ਗੈਰਾ ਨਹੀਂ ਹੁੰਦਾ, ਜਿਹੜਾ ਤੇਲ ਜੌਂਡੀਅਰ ਵਰਗਾ, ਜੌਂਡੀਅਰ ਦਾ ਵਿੱਚ ਉਹ ਨਕਸ਼ ਇਹਦਾ, ਆਹਾ ਵੀ ਪਲੇਟਫਾਰਮ ਜਾਏ ਖੁੱਲਾ ਖੁੱਲਾ ਤਾਂ, ਠੀਕ ਹੈ ਠੀਕ ਹੈ। ਤੇ ਅੱਗੋਂ ਜਦੋਂ ਇੱਥੋਂ ਆਏ ਜੇ ਸੀਗੇ ਤੁਸੀਂ ਵੇਖਿਆ ਆਏ ਕਿ ਕਿਵੇਂ ਲੱਗੇ ਇਧਰੋਂ? ਤਿਆਰ ਕੀਤਾ, ਬੜੀ ਵੱਡੀ ਗੱਲ ਹੁੰਦੀ ਹੈ ਕਿਉਂਕਿ ਟਰੈਕਟਰ ਕੰਪਨੀ ਤਿਆਰ ਕਰਦੀ ਹੈ ਇੱਕ ਘਰੇ ਹਨਾ, ਕੋਈ ਵਰਕਸ਼ਾਪ ਵੀ ਹੈ ਨੀਗੀ, ਕੋਈ ਇਹੋ ਜਿਹਾ ਹਨਾ ਮਤਲਬ ਵੀ ਮਸ਼ੀਨਰੀ ਹੈ ਨੀ, ਫਿਰ ਵੀ ਇਹਨਾਂ ਨੇ ਤਿਆਰ ਕਰਤਾ ਹਨਾ, ਕਿਵੇਂ ਦਾ ਲੱਗਦਾ ਸਾਨੂੰ? ਬਹੁਤ ਬਈ ਪੂਰਾ ਮਾਣ ਆ ਜਿਹੜੇ ਨਾ ਜਵਾਕਾਂ ਤੇ, ਪਿੰਡ ਨੂੰ ਸਾਰਿਆਂ ਨੂੰ ਬਹੁਤ ਵਧੀਆ ਉਹ ਚ ਫੀਲ ਕਰਦੇ ਜੀ ਨੂੰ। ਤੇ ਜਿੱਦਣ ਇਹਨਾਂ ਨੇ ਬਣਾਇਆ ਤੁਹਾਨੂੰ ਕਿਵੇਂ ਦਾ ਲੱਗਿਆ ਟਰੈਕਟਰ? ਵੀ ਹਾਂ ਵੀ ਸਾਨੂੰ ਇੱਕ ਅਜੀਬ ਜੀ ਖੇਡ ਜੀ ਲੱਗੀ ਵੀ ਇਹ ਕਿਵੇਂ ਹੋ ਜਾਊਗਾ ਤਿਆਰ ਇਹਨਾਂ ਤੋਂ। ਹਾਂ, ਤੇ ਸਾਨੂੰ ਠੀਕ ਆ ਬਾਈ ਕੇ ਬਾਈ ਖੁਸ਼ੀ ਆ
ਤੇ ਪੂਰਾ ਮਾਣ ਆ ਤੁਹਾਨੂੰ ਪੂਰਾ ਪੂਰਾ ਸਾਰੇ ਪਿੰਡ ਨੂੰ ਮਾਣ ਆ ਇਹਨਾਂ ਦਾ ਠੀਕ ਹੈ ਭਾਈ ਬਾਕੀ ਬੱਚਾ ਵੀ ਹੌਸਲਾ ਸਾਡੇ ਪਿੰਡ ਦੀ ਤਰੱਕੀ ਆ ਜੀ 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 ਹਾਂਜੀ ਵੀ ਦੋਸਤੋ ਤੇ ਆਹ ਜਿਹੜਾ ਤੁਹਾਨੂੰ ਦਿਖਾਇਆ ਨਾ ਜਗਾੜੂ ਟਰੈਕਟਰ ਤੇ ਆਹ ਬਾਈਆਂ ਨੇ ਤਾਂ ਤਿਆਰ ਕੀਤਾ ਆਹ ਵੇਖੋ ਜੀ ਵੇਖਣ ਵਾਸਤੇ ਰੁਕ ਗਏ ਸੀਗੇ ਟਰੈਕਟਰ ਤੇ ਆਪਾਂ ਰਿਵਿਊ ਵੀ ਲਿਆ ਇਹਨਾਂ ਤੋਂ ਬਾਪੂ ਹੋਰਾਂ ਤੋਂ ਅਤੇ ਉਹ ਬਾਈ ਖੜਾ ਗਾ ਅਤੇ ਇੱਦਾਂ ਦੀਆਂ ਹੋਰ ਵਧੀਆ ਵਧੀਆ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਅਤੇ ਟਰੈਕਟਰ ਦੱਸਿਓ ਤੁਹਾਨੂੰ ਕਿਵੇਂ ਦਾ ਲੱਗਿਆ ਹੈ ਨਾ ਅਤੇ ਬਾਕੀ ਹਜੇ ਇਹਦੀ ਅਪਡੇਟ ਚੱਲ ਰਹੀ ਆ ਮਤਲਬ ਕੰਮ ਚੱਲ ਰਿਹਾ ਟਰੈਕਟਰ ਦਾ ਫਿਰ ਵੀ ਆਪਾਂ ਵੇਖੀਏ ਤਾਂ ਬਹੁਤ ਸੋਹਣਾ ਤਿਆਰ ਕਰਤਾ ਬਾਈਆਂ ਨੇ ਬਹੁਤ ਵੱਡੀ ਗੱਲ ਆ ਵੀ ਇੱਕ ਪਿੰਡ ਦੇ ਹੈ ਨਾ ਮੁੰਡਿਆਂ ਨੇ ਕੋਈ ਵਰਕਸ਼ਾਪ ਨਹੀਂ ਘਰ ਇੱਕ ਟਰੈਕਟਰ ਤਿਆਰ ਕਰਤਾ ਸੋ ਤੁਸੀਂ ਦੱਸਣਾ ਕਮੈਂਟ ਕਰਕੇ ਅਤੇ ਬਾਕੀ ਬਾਈਆਂ ਦਾ ਨੰਬਰ ਵੀ ਚੱਲ ਰਿਹਾ ਸਕਰੀਨ 'ਤੇ ਜੇ ਕਿਸੇ ਨੇ ਬਣਵਾਉਣਾ ਵੀ ਆ ਟਰੈਕਟਰ ਤਾਂ ਬਣਵਾ ਵੀ ਸਕਦੇ ਹੋ ਬਾਕੀ ਗੱਲਬਾਤ ਕਰ ਲਿਓ ਤੁਸੀਂ ਬਾਈ ਗਗਨ ਨਾਲ ਹਾਂ ਬਾਈ ਅਤੇ ਇੱਕ ਤੁਹਾਨੂੰ ਗੱਲ ਦੇਣਾ ਵੀ ਹੌਸਲਾ ਜ਼ਰੂਰ ਦਿਓ ਬਾਈਆਂ ਨੂੰ ਹੈ ਨਾ ਜੇ ਚੀਜ਼ ਵਧੀਆ ਲੱਗੀ ਤੁਹਾਨੂੰ ਵੈਸੇ ਹੈ ਤਾਂ ਚੀਜ਼ ਵਧੀਆ ਹੈ ਨਾ ਅਤੇ ਐਪਰੀਸ਼ੀਏਟ ਜ਼ਰੂਰ ਕਰਿਓ ਬਾਈਆਂ ਨੂੰ ਅਤੇ ਮਿਲਦੇ ਹਾਂ ਹਾਂਜੀ ਹਾਂਜੀ ਜਿਵੇਂ ਕੋਈ ਕਿਸੇ ਨੇ ਵੀ ਦੇਖਣਾ ਵਗੈਰਾ ਵੀ ਹੈ ਨਾ ਹਾਂਜੀ ਹਾਂਜੀ ਤਾਂ ਸ਼ਾਮ ਨੂੰ 5 ਵਜੇ ਤੋਂ ਬਾਅਦ ਕਿਉਂਕਿ ਹੁਣ ਮੈਂ ਡਿਊਟੀ ਜਾਂਦਾ ਹੁੰਦਾ ਜੀ ਤਾਂ ਸ਼ਾਮ ਨੂੰ 5 ਵਜੇ ਤੋਂ ਬਾਅਦ ਵੀ ਟਰੈਕਟਰ ਵਗੈਰਾ ਰਿਵਿਊ ਉਹ ਜਿਵੇਂ ਦੇਖਣਾ ਵਗੈਰਾ ਦੇਖ ਸਕਦਾ ਦੇਖ ਸਕਦੇ ਹੋ ਇਹ ਬਾਈ ਕਹਿੰਦਾ ਵੀ 5 ਵਜੇ ਤੋਂ ਬਾਅਦ ਬਾਅਦ ਜੇ ਕਿਸੇ ਨੇ ਟਰੈਕਟਰ ਵੇਖਣਾ ਤਾਂ ਮੈਂ ਪਹਿਲਾਂ ਡਿਊਟੀ 'ਤੇ ਹੁੰਦਾ ਗਾ ਬਾਈ ਜੋਬ ਵੀ ਕਰਦਾ ਗਾ ਤਾਂ ਡਿਊਟੀ 'ਤੇ ਹੁੰਦਾ ਉਸ ਤੋਂ ਬਾਅਦ ਤੁਸੀਂ ਆ ਕੇ ਦੇਖ ਸਕਦੇ ਹੋ ਸੋ ਦੋਸਤੋ ਮਿਲਦੇ ਹਾਂ ਫਿਰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ ਠੀਕ ਹੈ ਧੰਨਵਾਦ ਜੀ